ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਪਤਾ ਕੀ ਕਹਿੰਦੇ ਆ ਜੀ, ਸਰਦਾਰ ਬੰਦਾ ਨਿਹੰਗ ਸਿੰਘ ਬੰਦਾ ਜੀ ਬਈਆਂ ਨੂੰ ਜੀ ਨਜਾਇਜ਼ ਕੁੱਟਦਾ, ਠੀਕ ਹੈ ਜੀ। ਆਹ ਬੰਦਾ ਮਾਲਕ ਖਲੋਤਾ ਵਾ, ਆਪਾਂ ਆਣ ਕੇ ਸਾਨੂੰ ਪਤਾ ਲੱਗਾ ਕਿ ਆਹ ਚੀਜ਼ਾਂ ਹੈਗੀਆਂ ਨੇ, ਆਪਾਂ ਆਣ ਕੇ ਇਹ ਬੰਦੇ ਦਾ ਸਿਰਫ ਸਮਾਨ ਕਢਵਾਇਆ, ਬੰਦੇ ਨੂੰ ਬਕਾਇਦਾ ਪੁੱਛ ਸਕਦੇ ਇੱਕ ਰੁਪਈਏ ਨੂੰ ਹੱਥ ਲਾਇਆ ਹੋਵੇ, ਬੰਦੇ ਦੇ ਦੂਸਰੇ ਸਮਾਨ ਨੂੰ ਹੱਥ ਲਾਇਆ ਹੋਵੇ। तो उदों इन्हों का नजायज़ ना लाता गया भी इन्होंने पैसे कटे आ, इस करके अं आप अज नाल आए हैं। इन्हों की रिपोर्ट मिली सूँ, ये चरस के पैकेट भी गए जो कि बहुत माड़ी चीज़ आ। छोटे छोटे बच्चे दरबार साहब लागे जो काम करते इन्हों खोखियों तो समान लैके ये चीज़ा पीते संगत को परेशान करते, इन लोगों फिर कहने आप भइया तंग करते हैं, असी किसी भइये तंग नहीं करते। आप वेखो जी भी गुरु रामदास जी नगरी के 100 मीटर की दूरी से आखो खोखे का समान इस दुकान से सारा विकता पाया, घट्टो घट 20-25 हज़ार रुपये का माल आ जोड़ा आप कहने दसाया पे, तो इतने गुरु घर के लागे विकता पाया सारा। ਅਸੀਂ ਮੌਕੇ ਤੇ ਪਹੁੰਚ ਗਏ ਹਾਂ, ਉਹਦੀ ਦੁਕਾਨ ਦੇ ਵਿੱਚੋਂ ਸਮਾਨ ਮਿਲਿਆ ਵਾ, ਤੰਬਾਕੂ ਵਗੈਰਾ, ਬੀੜੀ ਵਗੈਰਾ, ਪਾਣ ਵਗੈਰਾ ਮਿਲਿਆ। ਇਹਦੇ ਸੰਬੰਧ 'ਚ ਅਸੀਂ ਜੋ ਕਾਨੂੰਨ ਸਰ ਬਣਦੀ ਕਾਰਵਾਈ ਦੁਕਾਨਦਾਰ ਦੇ ਖਿਲਾਫ਼ ਕਰਾਂਗੇ। ਇਹ ਸਾਡੇ ਕੋਲ ਗੁਟਕਾ ਨਿਕਲਿਆ ਅਤੇ ਬੀੜੀਆਂ ਨਿਕਲੀ, ਸਿਗਰਟਾਂ ਨਿਕਲਿਆ। ਤੁਹਾਨੂੰ ਲੱਗਦਾ ਕਿ ਨਾਮ ਦਰਬਾਰ ਸਾਹਿਬ ਦੇ ਕੋਲ ਵੇਚਣਾ ਜੀ? ਆਪਾਂ ਕਹਿੰਦੇ ਮਤਲਬ ਗਲਤੀ ਹੋਈ ਹੈ ਅਤੇ ਅੱਗੋਂ ਤੋਂ ਨਹੀਂ ਹੋਏਗੀ। ਸਿੱਖਾਂ ਦੇ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਆਸ ਪਾਸ ਦੀਆਂ ਦੁਕਾਨਾਂ ਅਤੇ ਇਲਾਕੇ ਦੀ ਪਵਿੱਤਰਤਾ ਨੂੰ ਭੰਗ ਕਰਨ ਵਾਲੇ ਨਸ਼ੀਲੇ ਪਦਾਰਥਾਂ ਅਤੇ ਤੰਬਾਕੂ ਦੀ ਹੋ ਰਹੀ ਵਿਕਰੀ ਨੂੰ ਲੈ ਕੇ ਸਿੱਖ ਨੌਜਵਾਨਾਂ ਵੱਲੋਂ ਐਕਸ਼ਨ ਲੈਂਦਿਆਂ ਅੱਜ ਦਰਬਾਰ ਸਾਹਿਬ ਦੇ ਬਾਹਰ ਗਲਿਆਰੇ ਵਿੱਚ ਖੁੱਲ੍ਹੀਆਂ ਦੁਕਾਨਾਂ ਅਤੇ ਤੰਬਾਕੂ ਅਤੇ ਹੋਰ ਨਸ਼ੀਲੇ ਪਦਾਰਥ ਦੁਕਾਨਾਂ ਵਿੱਚੋਂ ਬਰਾਮਦ ਕੀਤੇ ਗਏ ਹੈ। ਬਰਾਮਦ ਕੀਤੇ ਗਏ ਪਦਾਰਥਾਂ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਧਰ ਤੰਬਾਕੂ ਅਤੇ ਨਸ਼ੀਲੇ ਪਦਾਰਥ ਰੱਖਣ ਵਾਲੇ ਦੁਕਾਨਦਾਰਾਂ ਨੇ ਵੀ ਆਪਣੀ ਗਲਤੀ ਨੂੰ ਸਵੀਕਾਰਦਿਆਂ ਅੱਗੇ ਤੋਂ ਅਜਿਹਾ ਕਰਨ ਤੋਂ ਤੋਬਾ ਕੀਤੀ ਹੈ। ਲੋਕਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਹੋਰਨਾਂ ਮੁੱਦਿਆਂ ਦੀ ਥਾਂ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਖੁੱਲ੍ਹੀਆਂ ਤੰਬਾਕੂ ਅਤੇ ਹੋਰ ਨਸ਼ੀਲੇ ਪਦਾਰਥਾਂ ਦੀਆਂ ਦੁਕਾਨਾਂ ਨੂੰ ਤੁਰੰਤ ਬੰਦ ਕਰਵਾਏ ਅਤੇ ਸ਼ਹਿਰ ਦੀ ਪਵਿੱਤਰਤਾ ਕਾਇਮ ਰੱਖਣ ਲਈ ਇਲਾਕੇ ਵਿੱਚ ਖੁੱਲ੍ਹੀਆਂ ਅਜਿਹੀਆਂ ਦੁਕਾਨਾਂ ਦੇ ਮਾਲਕਾਂ ਦੇ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਕਿਹੜੀ ਜਗ੍ਹਾ ਦੇ ਬਾਬਾ ਜੀ? ਆਹ ਬਿਲਕੁਲ ਦਰਬਾਰ ਸਾਹਿਬ ਦੇ ਲਾਗੇ। ਕਈ ਲੋਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਵੇਖੋ ਜੀ ਵੀ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ 100 ਮੀਟਰ ਦੀ ਦੂਰੀ ਤੇ ਆਹ ਵੇਖੋ ਖੋਖੇ ਦਾ ਸਮਾਨ ਇਸ ਦੁਕਾਨ 'ਤੇ ਸਾਰਾ ਵਿਕਦਾ ਪਿਆ, ਘੱਟੋ ਘੱਟ 20-25 ਹਜ਼ਾਰ ਰੁਪਏ ਦਾ ਮਾਲ ਆ
ਜਿਹੜਾ ਆਪਾਂ ਕਿਸੇ ਨੇ ਸਾਨੂੰ ਦੱਸਿਆ ਹੈ ਵੀ ਇੱਥੇ ਗੁਰੂ ਘਰ ਦੇ ਲਾਗੇ ਵਿਕਦਾ ਪਿਆ ਸਾਰਾ। ਇੱਧਰ ਇਹਦਾ ਇੱਧਰ ਕੈਮਰਾ ਕਰੋ, ਕਿਹੜੀ ਜਗ੍ਹਾ ਇਹ ਆਪਣਾ ਜਲਿਆਂ ਵਾਲੇ ਬਾਗ ਦੀ ਬੈਕ ਸਾਈਡ ਪੈਂਦੀ ਜੇ। ਸਾਡੇ ਕਾਰਵਾਈ ਆਪਾਂ ਨੂੰ ਇਹ ਹੈ ਵੀ ਇਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਇੱਥੇ 100 ਮੀਟਰ ਦੀ ਦੂਰੀ 'ਤੇ ਗੁਰੂ ਘਰ ਆ, ਅਤੇ ਇੱਥੇ ਆਪਾਂ ਨਸ਼ੇ ਵੇਚ ਸਕਦੇ ਹਾਂ? ਬਿਲਕੁਲ ਨਹੀਂ ਵੇਚ ਸਕਦੇ, ਆਪਾਂ ਇਸ ਨਸ਼ਿਆਂ ਦੇ ਬਿਲਕੁਲ ਬਰਖਿਲਾਫ ਹੈਗੇ ਹਾਂ। ਇਹ ਚੀਜ਼ ਸਖ਼ਤ ਤੋਂ ਸਖ਼ਤ ਕਾਰਵਾਈ ਇਹਨਾਂ 'ਤੇ ਕੀਤੀ ਜਾਵੇ ਅਤੇ ਬੰਦ ਕਰਾਇਆ ਜਾਵੇ ਸਾਰਾ ਕੁਝ। ਪਿਛਲੇ ਦਿਨੀ ਜਿਹੜੀ ਘਟਨਾ ਹੋਈ ਸੀ, ਇੱਦਾਂ ਹੀ ਜਿਹੜੇ ਕੋਠਿਆਂ 'ਤੇ ਆਏ ਸੀ ਜੋ ਕਾਰਵਾਈ ਬਣਦੀ ਹੋਏਗੀ ਉਹ ਕਰਾਵਾਂਗੇ, ਸਮਾਨ ਜ਼ਬਤ ਕਰਾਵਾਂਗੇ ਸਾਰਾ, ਤੇ ਇਹਨਾਂ ਨੂੰ ਨਾਲੇ ਗਾਂ ਤੋਂ ਵਾਰਨਿੰਗ ਦਵਾਵਾਂਗੇ ਵੀ ਜੇ ਗਾਂ ਤੋਂ ਇਹੋ ਜਿਹਾ ਕੰਮ ਕਰਨਗੇ ਇਹਨਾਂ ਨੂੰ ਸਜ਼ਾ ਮਿਲੇਗੀ, ਨਾਲੇ ਹਰਜਾਨਾ ਭਰਨਾ ਪਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਪਤਾ ਕੀ ਕਹਿੰਦੇ ਆ ਜੀ, ਸਰਦਾਰ ਬੰਦਾ ਨਿਹੰਗ ਸਿੰਘ ਬੰਦਾ ਜੀ ਬਈਆਂ ਨੂੰ ਜੀ ਨਜਾਇਜ਼ ਕੁੱਟਦਾ, ਠੀਕ ਹੈ ਜੀ। ਆਹ ਬੰਦਾ ਮਾਲਕ ਖਲੋਤਾ ਵਾ, ਆਪਾਂ ਆਣ ਕੇ ਸਾਨੂੰ ਪਤਾ ਲੱਗਾ ਕਿ ਆਹ ਚੀਜ਼ਾਂ ਹੈਗੀਆਂ ਨੇ, ਆਪਾਂ ਆਣ ਕੇ ਇਹ ਬੰਦੇ ਦਾ ਸਿਰਫ ਸਮਾਨ ਕਢਵਾਇਆ, ਬੰਦੇ ਨੂੰ ਬਕਾਇਦਾ ਪੁੱਛ ਸਕਦੇ 1 ਰੁਪਈਏ ਨੂੰ ਹੱਥ ਲਾਇਆ ਹੋਵੇ, ਬੰਦੇ ਦੇ ਦੂਸਰੇ ਸਮਾਨ ਨੂੰ ਹੱਥ ਲਾਇਆ ਹੋਵੇ, ਨਸ਼ੇ ਦੇ ਖਿਲਾਫ਼ ਨਾ ਆਪਾਂ ਕਿਸੇ ਨਾਲ ਮਾਰਕਟਾਈ ਕੀਤੀ ਅਤੇ ਨਾ ਹੀ ਕਰਦੇ ਹਾਂ। ਜਦੋਂ ਸਿਰ ਤੋਂ ਪਾਣੀ ਲੰਘਦਾ ਫਿਰ ਵੀ ਮਾਰਕਟਾਈ ਹੋਣੀ ਹੋਣੀ ਅਤੇ ਹੋਣੀ ਲਾਜ਼ਮੀ ਹੈ। ਬਾਕੀ ਆ ਤੁਸੀਂ ਬਾਬਾ ਜੀ ਨੂੰ ਪੁੱਛ ਸਕਦੇ ਹੋ ਜੀ ਮਹਾਰਾਜ, ਅਤੇ ਮਾਰਿਆ ਹੀ ਛਾਪਾ, ਇੱਦਾਂ ਹੀ ਪਤਾ ਲੱਗਾ ਸੀ, ਅਤੇ ਉਦੋਂ ਇਹਨਾਂ ਦਾ ਨਜਾਇਜ਼ ਨਾ ਲਾ ਤਾ ਵੀ ਇਹਨਾਂ ਨੇ ਪੈਸੇ ਕੱਢੇ ਆ, ਇਸ ਕਰਕੇ ਅਸੀਂ ਆਪ ਅੱਜ ਨਾਲ ਆਏ ਹਾਂ। ਇਹਨਾਂ ਦੀ ਰਿਪੋਰਟ ਮਿਲੀ ਸਾਨੂੰ, ਇਹਦੇ ਵਿੱਚ ਚਰਸ ਦੇ ਪੈਕਟ ਵੀ ਗਏ ਆ, ਜੋ ਕਿ ਬਹੁਤ ਮਾੜੀ ਚੀਜ਼ ਆ। ਛੋਟੇ ਛੋਟੇ ਬੱਚੇ ਦਰਬਾਰ ਸਾਹਿਬ ਲਾਗੇ ਜਿਹੜੇ ਕੰਮ ਕਰਦੇ ਆ, ਇਹਨਾਂ ਖੋਖਿਆਂ ਤੋਂ ਸਮਾਨ ਲੈ ਕੇ ਇਹ ਚੀਜ਼ਾਂ ਪੀਂਦੇ ਆ, ਤਾਂ ਹੀ ਉਹ ਸੰਗਤ ਨੂੰ ਪਰੇਸ਼ਾਨ ਕਰਦੇ ਆ। ਇਹਨਾਂ ਲੋਕਾਂ ਨੂੰ ਫਿਰ ਕਹਿੰਦੇ ਆਪਾਂ ਬਈਆਂ ਨੂੰ ਤੰਗ ਕਰਦੇ ਹਾਂ, ਅਸੀਂ ਕਿਸੇ ਬਈਏ ਨੂੰ ਤੰਗ ਨਹੀਂ ਕਰਦੇ, ਪਰ ਇਹ ਸਾਡੇ ਗੁਰੂ ਘਰ ਆ ਕੇ ਇਹੋ ਜਿਹਾ ਨਜਾਇਜ਼ ਕੰਮ ਕਰਨਗੇ ਅਤੇ ਫਿਰ ਨਿਹੰਗ ਸਿੰਘ ਇਹ ਕਾਰਵਾਈ ਨਹੀਂ ਕਰਨਗੇ ਅਤੇ ਕਿਹੜੀ ਕਰਨਗੇ। ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਹਾਂ ਵੀ ਦਰਬਾਰ ਸਾਹਿਬ ਦੇ ਲਾਗੇ ਜਿੰਨਾ ਵੀ ਏਰੀਆ ਵਾ ਇਹਨਾਂ ਦੀਆਂ ਦੁਕਾਨਾਂ ਚੈੱਕ ਕੀਤੀਆਂ ਜਾਣ, ਤਾਂ ਜੋ ਇਹੋ ਜਿਹੇ ਮਾੜਾ ਸਮਾਨ ਜਿਹੜੀ ਦੁਕਾਨ 'ਤੇ ਹੋਵੇ ਉਹ ਬੰਦ ਕਰਾਇਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸਰ ਵਿਜੇ ਕੁਮਾਰ। ਕਿਹੜੀ ਜਗ੍ਹਾ ਦੁਕਾਨ ਤੁਹਾਡੀ? ਇਹ ਬਾਜ਼ਾਰ ਪੇਟੀਆਂ। ਕੀ ਸਮਾਨ ਤੁਸੀਂ ਰੱਖਿਆ ਸੀ ਇੱਥੇ? ਕੀ ਆ ਕੇ ਤੁਹਾਨੂੰ ਖਾਲੀ ਕਰਾਇਆ ਜੀ? ਸਾਡੇ ਕੋਲ ਗੁਟਕਾ ਨਿਕਲਿਆ ਅਤੇ ਬੀੜੀਆਂ ਨਿਕਲੀਆਂ, ਸਿਗਟਾਂ ਨਿਕਲਿਆ। ਤੁਹਾਨੂੰ ਲੱਗਦਾ ਕਿ ਨਾਮ ਦਰਬਾਰ ਸਾਹਿਬ ਦੇ ਪੋਲ ਵੇਚਣਾ ਜੀ? ਆਪਾਂ ਕਹਿੰਦੇ ਮਤਲਬ ਗਲਤੀ ਹੋਈ ਹੈ ਅਤੇ ਅੱਗੋਂ ਤੋਂ ਨਹੀਂ ਹੋਏਗੀ। ਕੀ ਤੁਹਾਡਾ ਹੁਣ ਕੀ ਸਮਾਨ ਲੈ ਕੇ ਗਏ ਨੇ? ਮੇਰਾ ਗੁਟਕਾ ਨਿਕਲਿਆ, ਸਿਗਟਾਂ ਨਿਕਲੀ ਆ ਅਤੇ ਬੀੜੀਆਂ ਨਿਕਲੀ ਆ। ਹੋਰ ਤਾਂ ਨਹੀਂ ਕੁਛ ਲਿੱਤਾ? ਨਹੀਂ ਜੀ, ਹੋਰ ਤਾਂ ਨਹੀਂ ਕੁਛ ਲਿੱਤਾ? ਨਹੀਂ ਜੀ ਨਹੀਂ। ਇਹ ਹਰਿਮੰਦਰ ਸਾਹਿਬ ਨੂੰ ਜਾਂਦੇ ਰਸਤੇ 'ਤੇ ਲਾਗੇ ਇੱਕ ਦੁਕਾਨ ਆ, ਉਹਦੇ ਵਿੱਚ ਕੁਛ ਸਿੱਖ ਨੌਜਵਾਨ ਨੇ, ਇਹਨਾਂ ਨੇ ਇਤਰਾਜ਼ ਕੀਤਾ ਕਿ ਹਰਿਮੰਦਰ ਸਾਹਿਬ ਦੇ ਲਾਗੇ ਜਿਹੜਾ ਨਸ਼ੇ ਦੀਆਂ ਚੀਜ਼ਾਂ, ਤੰਬਾਕੂ ਪਾਨ, ਬੀੜੀ ਦੀਆਂ ਦੁਕਾਨਾਂ ਨਹੀਂ ਹੋਣੀਆਂ ਚਾਹੀਦੀਆਂ, ਇਹ ਨਹੀਂ ਵਿਕਣਾ ਚਾਹੀਦਾ। ਅਸੀਂ ਮੌਕੇ 'ਤੇ ਪਹੁੰਚ ਗਏ ਹਾਂ, ਉਹਦੀ ਦੁਕਾਨ ਦੇ ਵਿੱਚੋਂ ਸਮਾਨ ਮਿਲਿਆ ਵਾ, ਤੰਬਾਕੂ ਵਗੈਰਾ, ਬੀੜੀ ਵਗੈਰਾ, ਪਾਨ ਵਗੈਰਾ ਮਿਲਿਆ। ਇਹਦੇ ਸੰਬੰਧ 'ਚ ਅਸੀਂ ਜੋ ਕਾਨੂੰਨ ਸਰ ਬਣਦੀ ਕਾਰਵਾਈ ਦੁਕਾਨਦਾਰ ਦੇ ਖਿਲਾਫ਼ ਕਰਾਂਗੇ। ਬਿਲਕੁਲ, ਜਿਹੜੇ ਵੀ ਹੋਰ ਵੇਚਦੇ ਉਹਨਾਂ ਨੂੰ ਇਹੋ ਮੈਸੇਜ ਦੇਣਾ ਵੀ ਹਰਿਮੰਦਰ ਸਾਹਿਬ ਬਹੁਤ ਪਵਿੱਤਰ ਜਗ੍ਹਾ ਵਾ, ਇਹਦੇ ਆਸ ਪਾਸ ਜਿਹੜੇ ਨਸ਼ੇ ਵਾਲੀਆਂ ਚੀਜ਼ਾਂ ਨਹੀਂ, ਵਿਕਰੀ ਨਹੀਂ ਹੋਣੀ ਚਾਹੀਦੀ, ਇਹ ਚਾਰਦਵਾਰੀ ਸ਼ਹਿਰ ਦੇ ਅੰਦਰ ਬਿਲਕੁਲ ਪਾਬੰਦੀ ਹੋਣੀ ਚਾਹੀਦੀ ਹੈ। ਅਸੀਂ ਉਹਨਾਂ ਨੂੰ ਵੀ ਵਾਰਨਿੰਗ ਦਿੰਦੇ ਹਾਂ ਕਿ ਆਪਣਾ ਬੰਦ ਕਰ ਦੇਣ, ਕੋਈ ਵੀ ਧਾਰਮਿਕ ਸਥਾਨ ਹੈ, ਚਾਹੇ ਉਹ ਮੰਦਰ, ਗੁਰਦੁਆਰਾ, ਮਸਜਿਦ ਹੋਵੇ, ਉਹਨਾਂ ਦੇ ਆਸ ਪਾਸ ਜਿਹੜੀ ਨਸ਼ੇ ਵਾਲੀ ਕਿਸੇ ਵੀ ਚੀਜ਼ ਦੀ ਵਿਕਰੀ ਨਹੀਂ ਹੋਣੀ ਚਾਹੀਦੀ।